ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਇੱਕ ਅਜਿਹਾ ਸ਼ਿਵ ਮੰਦਰ ਹੈ ਜੋ ਸਾਲ ਦੇ 8 ਮਹੀਨੇ ਪਾਣੀ ਵਿੱਚ ਡੁੱਬਿਆ ਰਹਿੰਦਾ ਹੈ। ਇਸ ਦੇ ਨਾਲ ਹੀ ਉਹ 4 ਮਹੀਨੇ ਹੀ ਸ਼ਰਧਾਲੂਆਂ ਨੂੰ ਦਰਸ਼ਨ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸ਼ਿਵ ਮੰਦਰ ਪਾਂਡਵਾਂ ਨੇ ਆਪਣੇ ਅਗਿਆਤਵਾਸ ਦੌਰਾਨ ਬਣਾਇਆ ਸੀ। ਇਸ ਮੰਦਰ ਵਿੱਚ ਪਾਂਡਵਾਂ ਦੁਆਰਾ ਸਵਰਗ ਲਈ ਜਾਣ ਲਈ ਪੌੜੀਆਂ ਵੀ ਬਣਾਈਆਂ ਗਈਆਂ ਸਨ। ਇਸ ਮੰਦਰ ਨੂੰ ਬਾਥੂ ਕੀ ਲੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਜਿਨ੍ਹਾਂ ਪੱਥਰਾਂ ਨਾਲ ਇਹ ਸ਼ਿਵ ਮੰਦਰ ਬਣਿਆ ਹੈ ਉਹਨਾਂ ਨੂੰ ਬਾਥੂ ਪੱਥਰ ਕਿਹਾ ਜਾਂਦਾ ਹੈ। ਇਸ ਸ਼ਿਵ ਮੰਦਰ ਦੇ ਮੁੱਖ ਮੰਦਰ ਤੋਂ ਇਲਾਵਾ 8 ਹੋਰ ਛੋਟੇ ਛੋਟੇ ਮੰਦਰ ਬਣਾਏ ਗਏ ਸਨ। ਇਸ ਮੰਦਰ ਵਿੱਚ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਅਤੇ ਸ਼ੇਸ਼ਨਾਗ ਦੀਆਂ ਮੂਰਤੀਆਂ ਸਥਾਪਿਤ ਹਨ। ਕਿਹਾ ਜਾਂਦਾ ਹੈ ਕਿ ਪਾਂਡਵਾਂ ਦੁਆਰਾ ਇਸ ਸ਼ਿਵ ਮੰਦਰ ਨੂੰ ਇੱਕ ਰਾਤ ਵਿੱਚ ਹੀ ਬਣਾਇਆ ਗਿਆ ਸੀ। ਇਸ ਦੇ ਬਾਵਜੂਦ ਸਵਰਗ ਨੂੰ ਜਾਣ ਵਾਲੀਆਂ ਪੌੜੀਆਂ ਪੂਰੀਆਂ ਨਹੀਂ ਹੋ ਸਕੀਆਂ। ਸਿਰਫ 40 ਪੌੜੀਆਂ ਚੜ੍ਹਨ ਨਾਲ ਪਾਂਡਵਾਂ ਦਾ ਕੰਮ ਅਧੂਰਾ ਰਹਿ ਗਿਆ ਅਤੇ ਸਵੇਰ ਹੋ ਚੁੱਕੀ ਸੀ। ਅੱਜ ਵੀ ਸਵਰਗ ਨੂੰ ਜਾਣ ਵਾਲੀਆਂ 40 ਅਧੂਰੀਆਂ ਪੌੜੀਆਂ ਦਿਖਾਈ ਦਿੰਦੀਆਂ ਹਨ। ਤੁਸੀਂ ਇਸ ਮੰਦਰ ਦੀ ਯਾਤਰਾ ਨੂੰ ਸੜਕ ਰਾਹੀਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਤਹਿਸੀਲ ਜਵਾਲੀ ਦੇ ਅਧੀਨ ਆਉਂਦੇ ਪਿੰਡ ਬਾਥੂ ਕੀ ਲੜੀ ਲਈ ਪਹੁੰਚਣ ਲਈ ਤਲਵਾੜਾ ਤੋਂ 55 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਸ਼ਿਵ ਮੰਦਰ ਪੌਂਗ ਡੈਮ ਰੋਡ ਰਾਹੀਂ ਜਾਂ ਲਿੰਕ ਰੋਡ 52 ਗੇਟ ਜਗੀਰਾ ਰਾਹੀਂ ਤੋਂ ਵੀ ਪਹੁੰਚਿਆ ਜਾ ਸਕਦਾ ਹੈ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪਰ ਦੀ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਕਾਂਗੜਾ ਤੋਂ ਵਿਸ਼ੇਸ਼ ਰਿਪੋਰਟ। ਕਹਾਂ ਸੇ ਆਏ ਆਪ? ਹਮ ਬੈਜਨਾਥ ਤਹਿਸੀਲ ਜੋਗਿੰਦਰ ਨਗਰ ਜ਼ਿਲ੍ਹਾ ਮੰਡੀ ਮਟਰੂ ਗਾਮ ਥਲੇੜ।